ਕਿਸਾਨ ਭਰਾਵੋ ਹਰ ਸਾਲ ਹੀ ਆਪਾਂ ਤਜਰਬਾ ਕੋਈ ਨਾ ਕੋਈ ਨਵਾਂ ਕਰਦੇ ਰਹਿੰਨੇ ਆ ਇਸ ਵਾਰ ਵੀ ਨਵਾਂ ਕਰ ਰਹੇ ਆ ਤੇ ਜਿਹੜੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਕੋਈ ਪ੍ਰੋਬਲਮ ਰਹਿੰਦੀ ਹੈਗੀ ਆ ਤੇ ਕੋਈ ਥੋੜਾ-ਵੋਟਾ ਖਾਲੀ ਥਾਂ ਪਿਆ ਹੁਣ ਰੂੜੀ ਤੁਸੀਂ ਲੈ ਕੇ ਰੱਖ ਲਓ ਮੇਰੇ ਵੀ 7 ਕਿੱਲੇ ਏਕੜ ਦੇ ਵਿੱਚ ਮੈਂ 14 ਟਰਾਲੀਆਂ ਰੂੜੀ ਦੀਆਂ ਪਾਉਣੀਆਂ ਤੇ ਹੁਣੇ ਮੈਂ ਉਹਨੂੰ 17 18 ਸਤੰਬਰ ਨੂੰ ਹੀ ਸਟੋਰ ਕਰ ਲਿਆ ਤੇ ਆਧ ਨਵੰਬਰ ਦੇ ਵਿੱਚ ਜਾ ਕੇ ਆਪਾਂ ਨੇ ਖੇਤ ਚ ਪਾ ਦੇਣ ਤੇ ਟ੍ਰੀਟਮੈਂਟ ਵੀ ਮੈਨੇ ਕਰ ਦਿੱਤਾ ਹੈਗਾ ਪਹਿਲਾਂ ਡੀਕੰਪੋਜ਼ਰ ਨਾ ਕਰ ਰਹੇ ਸੀ ਇਸ ਵਾਰ ਇੱਕ ਨਵੀਂ ਤਕਨੀਕ ਵਰਤ ਰਹੀ ਹੈਗੇ ਆ ਇਹਦਾ ਰਿਜ਼ਲਟ ਆਉਣ ਤੇ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਤੁਸੀਂ ਰੂੜੀ ਜੇ ਪਹਿਲਾਂ ਲੈ ਕੇ ਰੱਖ ਲੈਣੇ ਹੋ ਤਾਂ ਉਹਦੀ ਖੜੀ ਫਸਲ ਦੇ ਵਿੱਚ ਪਾਉਣ ਦੇ ਨਾਲੋਂ ਕੱਚੀ ਰੂੜੀ ਦੇ ਨਾਲੋਂ ਤੁਹਾਡਾ ਨੁਕਸਾਨ ਨਹੀਂ ਹੁੰਦਾ ਹੈਗਾ ਉਹਦੇ ਖੇਤ ਦੇ ਵਿੱਚ ਤੁਸੀਂ ਖਿਲਾਰ ਕੇ ਲੇਅਰ ਬਣਾ ਕੇ ਉਹਨੂੰ ਗਿੱਲੀ ਮੌਇਸਚਰ ਕਰਕੇ ਉਹਨੂੰ ਪਰਾਲੀ ਨਾਲ ਵੀ ਤੁਸੀਂ ਟੱਕ ਸਕਦੇ ਹੋ